ਮਿਤੀ 4/4/24 ਨੂੰ ਥਾਣੇ ਗੜਸ਼ੰਕਰ ਦੇ ਵਿੱਚ ਇੱਕ 302 IPC ਤਹਿਤ ਬਲਾਈਂਡ ਮਰਡਰ ਦਾ ਪਰਚਾ ਦਰਜ ਕੀਤਾ ਗਿਆ ਸੀ, ਜਿਸ ਦੀ ਤਫਤੀਸ਼ ਦੇ ਸੰਬੰਧ ਦੇ ਵਿੱਚ ਮਾਣਯੋਗ SSP ਸਾਹਿਬ ਹੁਸ਼ਿਆਰਪੁਰ ਸ੍ਰੀ ਸੁਰਿੰਦਰ ਲਾਂਬਾ ਜੀ IPS ਦੀ ਯੋਗ ਦਿਸ਼ਾ ਨਿਰਦੇਸ਼ ਹੇਠ ਸਾਡੀ ਥਾਣੇ ਗੜਸ਼ੰਕਰ ਦੀ ਟੀਮ ਨੇ ਕੰਮ ਕਰਦੇ ਹੋਏ ਅਤੇ ਸਾਈਬਰ ਸੈੱਲ ਅਤੇ ਹਿਊਮਨ ਰਿਸੋਰਸਿਸ ਦੀ ਮਦਦ ਦੇ ਨਾਲ ਇਸ ਮੁਕੱਦਮੇ ਨੂੰ ਬੜੀ ਬਰੀਕੀ ਨਾਲ ਤਫਤੀਸ਼ ਕੀਤਾ ਅਤੇ ਇਸ ਨੂੰ ਟਰੇਸ ਆਊਟ ਕੀਤਾ, ਜਿਸ ਦੇ ਤਹਿਤ ਇਹਦੇ ਵਿੱਚ ਅਸੀਂ ਦੋ ਦੋਸ਼ੀ ਜਿਹੜੇ ਮੇਨ ਦੋ ਮੁਜਰਮ ਸੀ ਉਹਨਾਂ ਨੂੰ ਫੜਨ 'ਚ ਕਾਮਯਾਬ ਹੋਏ ਹਾਂ। ਇੱਕ ਸੁਲੇਸ਼ ਪਾਸਵਾਨ ਜੋ ਕਿ ਸਾਡੀ ਟੀਮ ਨੇ ਬਿਹਾਰ ਤੋਂ ਲੱਖੀਸਰਾਏ ਤੋਂ ਅਰੈਸਟ ਕਰਕੇ ਲਿਆਂਦਾ, ਉਸਦੀ ਅੱਗੇ ਫਰਦਰ ਪੁੱਛਗਿੱਛ ਦੇ ਵਿੱਚ ਦੂਸਰੀ ਜਿਹੜੀ ਉਹਦੇ ਨਾਲ ਸੀ ਬੁੱਢੀਆ ਦੇਵੀ, ਇਹ ਸਾਡੀ ਫਗਵਾੜੇ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤੀ ਗਈ ਆ। ਵਜ੍ਹਾ ਇਸਦੀ ਇਹ ਸੀ ਵੀ ਇਹ ਜਿਹੜਾ ਮੁਤਵਫੀ ਮਰਨ ਵਾਲਾ ਸੀ ਅਸ਼ੋਕ ਕੁਮਾਰ, ਇਹ ਅਤੇ ਬੁੱਧੀਆ ਦੇਵੀ ਦੇ ਆਪਸ 'ਚ ਪਹਿਲਾਂ ਇੱਕ ਦੂਜੇ ਦੇ ਨੂਨ ਸਨ, ਵਾਕਬਕਾਰ ਸਨ, ਪਰ ਕਿਸੇ ਵਜ੍ਹਾ ਕਰਕੇ ਬੁੱਧੀਆ ਦੇਵੀ ਦੇ ਮਨ 'ਚ ਇਹਦੇ ਪ੍ਰਤੀ ਕੋਈ ਰੰਜਿਸ਼ ਹੈਗੀ ਸੀ, ਜਿਹਦੇ ਕਰਕੇ ਬੁੱਧੀਆ ਦੇਵੀ ਨੇ ਇਹਨੂੰ ਮਿਤੀ 3/4/24 ਨੂੰ ਫੋਨ ਕਰਕੇ ਬਿਹਾਰ ਤੋਂ ਇੱਥੇ ਸੱਦਿਆ। ਇਹ ਅਸ਼ੋਕ ਕੁਮਾਰ ਇੱਥੇ ਆਇਆ ਅਤੇ ਬੁੱਧੀਆ ਦੇਵੀ ਇਹਨੂੰ ਮਿਲੀ ਅਤੇ ਇਹਨੇ ਬੁੱਧੀਆ ਦੇਵੀ ਨੇ ਇਹਨੂੰ ਮਾਰਨ ਦੀ ਸਾਜਿਸ਼ ਰਚੀ, ਜਿਹਦੇ ਵਿੱਚ ਇਹਨੇ ਸੁਲੇਸ਼ ਕੁਮਾਰ ਨੂੰ ਆਪਣੇ ਨਾਲ ਲਿਆ ਅਤੇ ਇਹ ਕੋਕੋ ਮਜ਼ਾਰੀ ਪਿੰਡ ਪੈਂਦਾ ਥਾਣੇ ਗੜਸ਼ੰਕਰ ਚੌਂਕੀ ਬੀਨੇਵਾਲ 'ਚ, ਉਹਦੇ ਨਜ਼ਦੀਕ ਇਹਨੂੰ ਥੋੜ੍ਹਾ ਰੋਡ ਸਾਈਡ ਤੋਂ ਹੱਟ ਕੇ ਜੰਗਲ ਸਾਈਡ 'ਤੇ ਜਾ ਕੇ ਦੋਵਾਂ ਨੇ ਰਲ ਕੇ ਅਤੇ ਬੜੀ ਬੇਰਹਿਮੀ ਨਾਲ ਇਹਦਾ ਕਤਲ ਕਰ ਦਿੱਤਾ ਸੀ। ਅਤੇ ਜਿਸ ਦੇ ਨਾਲ ਸਾਈਬਰ ਸੈੱਲ ਦੀ ਮਦਦ ਨਾਲ ਹੋਰ ਸਾਡੇ ਹਿਊਮਨ ਰਿਸੋਰਸਿਸ ਦੀ ਮਦਦ ਦੇ ਨਾਲ ਅਸੀਂ ਟੈਕਨੀਕਲੀ ਤੌਰ 'ਤੇ ਵਾਚ ਕੇ ਸਾਰਾ ਕੁਛ ਅਤੇ ਇਹਨਾਂ ਦੋਵਾਂ ਨੂੰ ਅਰੈਸਟ ਕਰਨ 'ਚ ਕਾਮਯਾਬ ਹੋਏ। ਮਿਤੀ 4/4/24 ਨੂੰ ਥਾਣੇ ਗੜਸ਼ੰਕਰ ਦੇ ਵਿੱਚ ਇੱਕ 302 IPC ਤਹਿਤ ਬਲਾਈਂਡ ਮਰਡਰ ਦਾ ਪਰਚਾ ਦਰਜ ਕੀਤਾ ਗਿਆ ਸੀ, ਜਿਸ ਦੀ ਤਫਤੀਸ਼ ਦੇ ਸੰਬੰਧ ਦੇ ਵਿੱਚ ਮਾਣਯੋਗ SSP ਸਾਹਿਬ ਹੁਸ਼ਿਆਰਪੁਰ ਸ੍ਰੀ ਸੁਰਿੰਦਰ ਲਾਂਬਾ ਜੀ IPS ਦੀ ਯੋਗ ਦਿਸ਼ਾ ਨਿਰਦੇਸ਼ ਹੇਠ ਸਾਡੀ ਥਾਣੇ ਗੜਸ਼ੰਕਰ ਦੀ ਟੀਮ ਨੇ ਕੰਮ ਕਰਦੇ ਹੋਏ ਅਤੇ ਸਾਈਬਰ ਸੈੱਲ ਅਤੇ ਹਿਊਮਨ ਰਿਸੋਰਸਿਸ ਦੀ ਮਦਦ ਦੇ ਨਾਲ ਇਸ ਮੁਕੱਦਮੇ ਨੂੰ ਬੜੀ ਬਰੀਕੀ ਨਾਲ ਤਫਤੀਸ਼ ਕੀਤਾ ਅਤੇ ਇਸ ਨੂੰ ਟਰੇਸ ਆਊਟ ਕੀਤਾ, ਜਿਸ ਦੇ ਤਹਿਤ ਇਹਦੇ ਵਿੱਚ ਅਸੀਂ ਦੋ ਦੋਸ਼ੀ ਜਿਹੜੇ ਮੇਨ ਦੋ ਮੁਜਰਮ ਸੀ ਉਹਨਾਂ ਨੂੰ ਫੜਨ 'ਚ ਕਾਮਯਾਬ ਹੋਏ ਹਾਂ। ਇੱਕ ਸੁਲੇਸ਼ ਪਾਸਵਾਨ ਜੋ ਕਿ ਸਾਡੀ ਟੀਮ ਨੇ ਬਿਹਾਰ ਤੋਂ ਲੱਖੀਸਰਾਏ ਤੋਂ ਅਰੈਸਟ ਕਰਕੇ ਲਿਆਂਦਾ, ਉਸਦੀ ਅੱਗੇ ਫਰਦਰ ਪੁੱਛਗਿੱਛ ਦੇ ਵਿੱਚ ਦੂਸਰੀ ਜਿਹੜੀ ਉਹਦੇ ਨਾਲ ਸੀ ਬੁੱਢੀਆ ਦੇਵੀ, ਇਹ ਸਾਡੀ ਫਗਵਾੜੇ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤੀ ਗਈ ਆ। ਵਜ੍ਹਾ ਇਸਦੀ ਇਹ ਸੀ ਵੀ ਇਹ ਜਿਹੜਾ ਮੁਤਵਫੀ ਮਰਨ ਵਾਲਾ ਸੀ ਅਸ਼ੋਕ ਕੁਮਾਰ, ਇਹ ਅਤੇ ਬੁੱਧੀਆ ਦੇਵੀ ਦੇ ਆਪਸ 'ਚ ਪਹਿਲਾਂ ਇੱਕ ਦੂਜੇ ਦੇ ਨੂਨ ਸਨ, ਵਾਕਬਕਾਰ ਸਨ, ਪਰ ਕਿਸੇ ਵਜ੍ਹਾ ਕਰਕੇ ਬੁੱਧੀਆ ਦੇਵੀ ਦੇ ਮਨ 'ਚ ਇਹਦੇ ਪ੍ਰਤੀ ਕੋਈ ਰੰਜਿਸ਼ ਹੈਗੀ ਸੀ, ਜਿਹਦੇ ਕਰਕੇ ਬੁੱਧੀਆ ਦੇਵੀ ਨੇ ਇਹਨੂੰ ਮਿਤੀ 3/4/24 ਨੂੰ ਫੋਨ ਕਰਕੇ ਬਿਹਾਰ ਤੋਂ ਇੱਥੇ ਸੱਦਿਆ। ਇਹ ਅਸ਼ੋਕ ਕੁਮਾਰ ਇੱਥੇ ਆਇਆ ਅਤੇ ਬੁੱਧੀਆ ਦੇਵੀ ਇਹਨੂੰ ਮਿਲੀ ਅਤੇ ਇਹਨੇ ਬੁੱਧੀਆ ਦੇਵੀ ਨੇ ਇਹਨੂੰ ਮਾਰਨ ਦੀ ਸਾਜਿਸ਼ ਰਚੀ, ਜਿਹਦੇ ਵਿੱਚ ਇਹਨੇ ਸੁਲੇਸ਼ ਕੁਮਾਰ ਨੂੰ ਆਪਣੇ ਨਾਲ ਲਿਆ ਅਤੇ ਇਹ ਕੋਕੋ ਮਜ਼ਾਰੀ ਪਿੰਡ ਪੈਂਦਾ ਥਾਣੇ ਗੜਸ਼ੰਕਰ ਚੌਂਕੀ ਬੀਨੇਵਾਲ 'ਚ, ਉਹਦੇ ਨਜ਼ਦੀਕ ਇਹਨੂੰ ਥੋੜ੍ਹਾ ਰੋਡ ਸਾਈਡ ਤੋਂ ਹੱਟ ਕੇ ਜੰਗਲ ਸਾਈਡ 'ਤੇ ਜਾ ਕੇ ਦੋਵਾਂ ਨੇ ਰਲ ਕੇ ਅਤੇ ਬੜੀ ਬੇਰਹਿਮੀ ਨਾਲ ਇਹਦਾ ਕਤਲ ਕਰ ਦਿੱਤਾ ਸੀ।
ਅਤੇ ਜਿਸ ਦੇ ਨਾਲ ਸਾਈਬਰ ਸੈੱਲ ਦੀ ਮਦਦ ਨਾਲ ਹੋਰ ਸਾਡੇ ਹਿਊਮਨ ਰਿਸੋਰਸਿਸ ਦੀ ਮਦਦ ਦੇ ਨਾਲ ਅਸੀਂ ਟੈਕਨੀਕਲੀ ਤੌਰ 'ਤੇ ਵਾਚ ਕੇ ਸਾਰਾ ਕੁਛ ਅਤੇ ਇਹਨਾਂ ਦੋਵਾਂ ਨੂੰ ਅਰੈਸਟ ਕਰਨ 'ਚ ਕਾਮਯਾਬ ਹੋਏ।